ਹੁਣ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਅਸਮ ਦੇ ਗੁਹਾਟੀ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਹੋਏ ਨੇ ਤੇ ਇਸ ਸਮੇਂ ਸੰਬੋਧਿਤ ਕਰ ਰਹੇ ਨੇ, ਉੱਥੇ ਪਹੁੰਚੇ ਨੇ, ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਹੈ। ਏਅਰਪੋਰਟ ਉੱਤੇ ਉਹਨਾਂ ਦਾ ਜਿਹੜੇ ਵੈਲਕਮ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਪ੍ਰਧਾਨ ਮੰਤਰੀ 3 ਸਾਲ ਕੰਪਲੀਟ ਕੀਤੇ ਨੇ ਮੋਦੀ ਸਰਕਾਰ ਦੇ ਵੱਲੋਂ, ਅਤੇ ਪ੍ਰਾਪਤੀਆਂ ਪੂਰੇ ਦੇਸ਼ ਭਰ ਦੇ ਵਿੱਚ ਲੈ ਕੇ ਪਹੁੰਚ ਰਹੇ ਨੇ ਜਿਹੜੇ ਲੀਡਰਸ ਨੇ ਬੀਜੇਪੀ ਦੇ, ਜਿਹੜੇ ਮੰਤਰੀ ਨੇ ਉਹ, ਅਤੇ ਅੱਜ ਪ੍ਰਧਾਨ ਮੰਤਰੀ ਗੁਹਾਟੀ ਪਹੁੰਚੇ ਨੇ। ਇਹ ਤਸਵੀਰਾਂ ਅਸੀਂ ਤੁਹਾਨੂੰ ਅੱਗੇ ਵੀ ਦਿਖਾਵਾਂਗੇ। ਅੱਜ ਸੰਬੋਧਨ ਵੀ ਉਹਨਾਂ ਵੱਲੋਂ ਕੀਤਾ ਜਾਵੇਗਾ। ਪ੍ਰਾਪਤੀਆਂ ਨੂੰ ਲੈ ਕੇ ਜੋ ਜ਼ਿਕਰ ਲਗਾਤਾਰ ਬੀਜੇਪੀ ਦੇ ਵੱਲੋਂ ਕੀਤਾ ਜਾ ਰਿਹਾ, ਉਸ ਦਾ ਵੀ ਅੱਜ ਵਖਾਣ ਕੀਤਾ ਜਾਵੇਗਾ ਆਮ ਲੋਕਾਂ ਦੇ ਸਾਹਮਣੇ। ਤਾਂ 3 ਸਾਲ ਕੰਪਲੀਟ ਹੋਏ ਨੇ ਕੇਂਦਰ ਦੀ ਮੋਦੀ ਸਰਕਾਰ ਦੇ।